بسم اللہ الرحمن الرحیم جی السلام علیکم جی سارے دوستاں نو امید ہے کہ ਤੁਸੀਂ ਸਭ ਖੈਰ-ਖੇਤ ਨੂੰ ਹੋ ਔਰ ਅੱਲਾਹ ਤਾਲਾ ਤੁਹਾਨੂੰ ਆਪਣੀ ਹਿਫਜ਼-ਏ-ਈਮਾਨ 'ਚ ਰੱਖੇ ਤੇ ਹਮੇਸ਼ਾ ਹਸਤੇ-ਵਸਤੇ ਰਹੋ ਔਰ جناب ਅੱਜ ਜਿਸ ਤਰ੍ਹਾਂ ਕੇ ਦੋਸਤਾਨੀ ਖidmat ਦੇ ਵਿੱਚ ਸ਼ੀਸ਼ਮ ਯਾਨੀ ਟਾਲੀ ਟਾਲੀ ਦੇ ਪੱਤਿਆਂ ਦਾ ਬੀਜ ਦਾ ਔਰ ਇਸੇ ਤਰ੍ਹਾਂ ਦੇ ਛਿਲਕਾ ਦਾ ਛਿਲਕਾ ਜਿਹਨੂੰ ਕਿਹਾ ਜਾਂਦਾ ਉਹਦਾ ਔਰ ਇਹਦੀ ਲੱਕੜ ਦਾ ਬਹੁਤ ਸਾਰੇ ਲੋਕ ਜਾਣਦੇ ਨੇ ਬਰੇ ਸਗੀਰ ਦੇ ਵਿੱਚ ਇੱਕੇ ਆਪਣੀ ਇੱਕ ਅਫਾਦੀਤ ਰੱਖਦਾ ਔਰ ਬਰੇ ਸਗੀਰ ਦੇ ਵਿੱਚ ਨਾਮੀ ਗ੍ਰਾਮੀ ਮੰਨਿਆ ਜਾਂਦਾ ਕਿ ਲੋਕ ਜਿਹੜੇ ਨੇ ਇਹਦੀ ਲੱਕੜੀ ਦਾ ਇਸਤੇਮਾਲ ਕਰਦੇ ਨੇ ਔਰ ਲੋਕ ਜਿਹੜੇ ਨੇ ਇਹਨੂੰ ਬਿਹਤਰ ਸਮਝਦੇ ਨੇ ਫਰਨੀਚਰ ਵਗੈਰਾ ਜਾਂ ਇਹਦੇ ਬਹੁਤ ਸਾਰੀਆਂ ਚੀਜ਼ਾਂ ਬਣਦੀਆਂ ਇਸੇ ਤਰ੍ਹਾਂ 6 ਤੋਂ ਲੈ ਕੇ 12 ਫੁੱਟ ਤੱਕ ਕਿ ਭਲੰਦ ਹੁੰਦਾ ਔਰ ਇਹਨੂੰ ਟਾਲੀ ਵੀ ਕਿਹਾ ਜਾਂਦਾ ਔਰ ਇਹਦੇ ਟਾਹਣੀ ਪੱਤੇ ਸ਼ਾਖ ਹਰ ਚੀਜ਼ ਜਿਹੜੀ ਹੁੰਦੀ ਹੈ ਉਹ ਫਾਇਦੇਮੰਦ ਹੁੰਦੀ ਲੋਗ ਇਹਨੂੰ ਸੜਕਾਂ ਦੇ ਕਿਨਾਰੇ ਔਰ ਰੇਲਵੇ ਲਾਈਨਾਂ ਦੇ ਕਿਨਾਰੇ ਬਾਗਾਂ ਦੇ ਵਿੱਚ ਆਮ ਰੂਟੀਨ ਦੇ ਵਿੱਚ ਲੋਗ ਇਹਨੂੰ ਲਗਾਉਂਦੇ ਨੇ ਔਰ ਹੁਣ ਤੇ ਕੁਝ عرصੇ ਬਾਅਦ ਅਗਰ ਦੇਖਿਆ ਜਾਵੇ ਤੇ ਜ਼ਮੀਨ ਦੇ ਅੰਦਰ ਕੁਝ ਪਾਣੀ ਦੀ ਖਰਾਬੀਆਂ ਦੀ ਵਜ੍ਹਾ ਤੋਂ ਇਹ ਅਕਸਰ ਪੌਦਾ ਜਿਹੜਾ ਇਹ ਸੁੱਕ ਜਾਂਦਾ ਔਰ ਇਸ ਚੀਜ਼ ਦੇ ਲਿਹਾਜ਼ ਨਾਲ ਅਗਰ ਦੇਖਿਆ ਜਾਵੇ ਤਾਂ ਬਹੁਤ ਸਾਰੀਆਂ ਬਿਮਾਰੀਆਂ ਇਸ ਦਰਖਤ ਨੂੰ ਬਰੇ ਜ਼ਗੀਰ ਚੋਂ ਖਤਮ ਕਰ ਰਹੀਆਂ ਨੇ ਪਾਣੀ ਦੀ ਕਮੀ ਲਾ ਲੋ ਜਾਂ ਪਾਣੀ ਦੇ ਅੰਦਰ ਖਰਾਬੀ ਲਾ ਲੋ ਇਸ ਦਰਖਤ ਨੇ ਇੱਕ ਬਹੁਤ ਜ਼ਿਆਦਾ ਕਮੀ ਦੇ ਚ ਪਈ ਹੈ ਪੈਦਾ ਕਿ ਬਹੁਤ ਕਮ ਕਮੇ ਵੇਖਣ ਨੂੰ ਮਿਲ ਰਹਾ ਇਸੇ ਤਰ੍ਹਾਂ ਜਿਸ ਤਰ੍ਹਾਂ ਕਿਕਰ ਦੇ ਹਵਾਲੇ ਨਾਲ ਲੋਕ ਜਿਹੜੇ ਨੇ ਉਹ ਬਹੁਤ ਕਟ ਲਗਾ ਰਹੇ ਨੇ ਔਰ ਇਸੇ ਤਰ੍ਹਾਂ ਦਾ ਮਿਜ਼ਾਜ ਅਗਰ ਦੇਖਿਆ ਜਾਵੇ ਮਿਜ਼ਾਜ ਤੇਜ ਨਾਬੀ ਅੱਲਾ ਮਿਜ਼ਾਜ ਗਰਮ ਖੁਸ਼ਕ ਇਸੇ ਤਰ੍ਹਾਂ ਦਾ ਜ਼ਾਇਕਾ ਥੋੜਾ ਜਿਹਾ ਕਸਾਲਾ ਲੇਸਦਾਰ ਹੈ ਔਰ ਇਸੇ ਤਰ੍ਹਾਂ ਇਹ ਜਨਾਬ ਕੋੜ ਸਫੈਦ ਦਾਗ ਪੇੜ ਦੇ ਕੀੜੇ ਫੋੜੇ ਫਿੰਸੀਆਂ ਔਰ ਇਸੇ ਤਰ੍ਹਾਂ ਦੱਦਰ ਚੰਬਲ ਔਰ ਸੋਜ ਵਗਾਰਾ ਨੂੰ ਇਹ ਠੀਕ ਕਰਦਾ ਅਗਰ ਉਸ ਦਾ ਲਾਜ਼ਮ ਨਾਲ ਦੇਖਿਆ ਜਾਵੇ ਤਾਂ ਫਿਰ ਇਹਦੇ ਵਿੱਚ ਇਹ ਵੀ ਦੇਖਿਆ ਗਿਆ ਕਿ ਜਿਹਨਾਂ ਲੋਕਾਂ ਨੂੰ ਮਸਲਾ ਬਣਦਾ ਖੂਨ ਦੇ ਅੰਦਰ ਖਰਾਬੀ ਦਾ ਉਹਨਾਂ ਲੋਕਾਂ ਨੂੰ ਇਹ ਬਹੁਤ ਜ਼ਿਆਦਾ ਫਾਇਦਾ ਕਰਦਾ ਜ਼ਬਰਦਸਤ ਮਸਫਾ ਖੂਨੇ ਖਾਰਸ਼ ਜਿਸਮ ਦੀ ਜਲਨ ਪਿਸ਼ਾਬ ਦੇ ਜ਼ਰਿਲੇ ਮਵਾਦ ਨੂੰ ਜਿਸਮ ਤੋਂ ਇਕਰਾਜ ਕਰਦਾ ਔਰ ਬਹੁਤ ਸਾਰੇ ਹੁਕਮਾਂ ਇਹਨੂੰ ਬਹੁਤ ਕਮ ਇਸਤੇਮਾਲ ਕਰਦੇ ਨੇ ਲੇਕਿਨ ਮੁਖਤ ਵਾਲੀ ਚੀਜ਼ ਔਰ ਜਨਾਬ ਸੋਨੇ ਤੋਂ عظیم ਹੈ ਕਿਉਂ ਇਸ ਵਜ੍ਹਾ ਤੋਂ ਕਿਹਾ ਗਿਆ ਕਿ ਸੋਨੇ ਜੈਸੇ ਗੁਣ ਹੋਣ ਤੇ ਫਿਰ ਉਹਨੂੰ ਇਸਤੇਮਾਲ ਚ ਲਿਆਣਾ ਚਾਹੀਦਾ ਔਰ ਇਹਦੇ ਜਿਹੜੇ ਪੱਤੇ ਨੇ ਇਹਨਾਂ ਦਾ ਜੁਸ਼ਾਂਦਾ ਪਿਸ਼ਾਬ ਦੀ ਨਾਲੀ ਨੂੰ ਸਾਫ਼ ਕਰਦਾ ਉਹਦੀ ਸੋਜ ਨੂੰ ਉਤਾਰਦਾ ਇਸੇ ਤਰ੍ਹਾਂ ਕੋੜ ਖਾਰਿਸ਼ ਔਰ ਸੁਰਸ ਜੈਸੇ ਮੂਜ਼ੀ ਅਮਰਾਜ਼ ਵਾਸਤੇ ਫਾਇਦਾਮੰਦ ਹੁੰਦਾ ਅਕਸਰ ਤੁਸੀਂ ਦੇਖਿਆ ਹੋਣਾ ਕਿ ਲੋਕਾਂ ਨੂੰ ਯਰੀਆਨ ਹੋ ਜਾਂਦਾ ਕਿਸੇ ਵੀ ਬਿਮਾਰੀ ਕਿਸੇ ਵੀ ਦਵਾਈ ਦੇ ਨਾਲ ਉਹ ਨਹੀਂ ਖਤਮ ਹੁੰਦਾ ਤੇ ਐਸੇ ਲੋਕਾਂ ਨੂੰ ਅਸੀਂ ਇਹਦੇ ਇੱਕ ਮੁਠੀ ਬਰ ਪੱਤੇ ਜਿਹੜੇ ਨੇ ਰਾਤ ਨੂੰ ਪਿਉਂ ਕੇ ਰੱਖ ਦੇਣਗੇ ਔਰ ਜਨਾਬ ਸਵੇਰ ਉਹਦੇ ਚ 10 ਗ੍ਰਾਮ ਚੀਨੀ ਮਿਲਾ ਕੇ ਤੇ ਅਸੀਂ ਇਹਨੂੰ ਇਸਤੇਮਾਲ ਕਰਾਂਗੇ ਔਰ ਜਨਾਬ ਇਹ ਸੋ ਜਿਹੜਾ ਸੁਜ਼ਾਖ ਉਹਦੇ ਵਾਸਤੇ ਬਹੁਤ ਹੀ ਨਾਫਿਆ ਚੀਜ਼ ਹੈ 20 ਗ੍ਰਾਮ ਪੱਤੇ ਜਿਹੜੇ ਨੇ ਪਾਣੀ ਚ ਪਿਉਂਦੇ ਧੋ ਕੇ ਔਰ ਇਹਦੇ ਵਿੱਚ ਤੁਸੀਂ ਇਸਤੇਮਾਲ ਕਰੋ ਇਸ ਤੋਂ ਇਲਾਵਾ ਅਗਰ ਦੇਖਿਆ ਜਾਵੇ ਤੇ ਇਹ ਵੀ ਬਹੁਤ ਹੀ ਕਮਾਲ ਦੀ ਚੀਜ਼ ਹੈ ਕਿ ਤੇ ਜੋਨਲ عورتوں ਨੂੰ ਪਸਤਾਨਾ ਦੇ ਅੰਦਰ ਸੋਜ ਪੈਦਾ ਹੋ ਜਾਂਦੀ ਔਰ ਬਹੁਤ ਸਾਰੇ ਐਸੇ ਲੋਕ ਜਾਣਦੇ ਵੀ ਨੇ ਕਿ ਐਕਸ ਡਿਲੀਵਰੀ ਤੋਂ ਬਾਅਦ ਇਹ ਪ੍ਰੋਬਲਮ ਸ਼ੁਰੂ ਹੁੰਦੀ ਅ ਤੁਸੀਂ ਦੇਖਿਆ ਹੋਣਾ ਕਿ ਸੋਜ ਜਿਹੜੀ ਹੈ ਉਹ ਕਾਫੀ ਵੱਧ ਜਾਂਦੀ ਜਿਸ ਵਿੱਚ ਬੱਚਾ ਦੁੱਧ ਵਗੈਰਾ ਨਹੀਂ ਪੀ ਸਕਦਾ ਉਹਦੇ ਬਹੁਤ ਸਾਰੇ ਮਸਲੇ ਬਣ ਜਾਂਦੇ ਇਹਦੇ ਪੱਤੇ ਜਿਹੜੇ ਨੇ ਉਹਨਾਂ ਨੂੰ ਤੁਸੀਂ ਗਰਮ ਕਰਕੇ ਔਰ ਹਲਕਾ ਜਿਹਾ ਨੀਮ ਕੋਸਾ ਔਰ ਜਨਾਬ ਕਹੇ ਪੋਰਟਲਿਚ ਪਾਕ ਟਕੋਰ ਕਰਵਾਓ ਔਰ ਅੱਲਾ ਦੇ ਹੁਕਮ ਨਾਲ ਇਨਸ਼ਾ ਅੱਲਾ ਤਾਲਾ ਪਹਿਲੀ ਖੁਰਾਕ ਦੇ ਨਾਲ ਹੀ ਖਤਮ ਹੋ ਜਾਏਗੀ ਜਿਸ ਤਰ੍ਹਾਂ ਕੇ ਪੱਤੇ ਤੁਸੀਂ ਦੇਖ ਰਹੇ ਜੀ ਇਹੀ ਪੱਤੇ ਲੈਣੇ ਨੇ ਔਰ ਪੱਤੇ ਜਿਹੜੇ ਨੇ ਇਹ ਲੈ ਕੇ ਇਹਨਾਂ ਨੂੰ ਤੁਸੀਂ ਕਿਸੇ ਪਾਣੀ ਦੇ ਵਿੱਚ ਉਬਾਲ ਲਓ ਉਬਾਲਣ ਤੋਂ ਬਾਅਦ ਉਹ ਪਾਣੀ ਤੁਸੀਂ ਇੱਕ ਸਾਈਡ ਤੇ ਕਰ ਲਓ ਇਹਨੂੰ ਪੂਣ ਲਓ ਪੂਣ ਕੇ ਨੀਮ ਕੋਸੇ ਜਿਹੜੇ ਨੇ ਉਹਦੀ ਤੁਸੀਂ ਟਕੋਰ ਕਰਾਓ ਇਸ ਤੋਂ ਇਲਾਵਾ ਕੋੜ ਵਾਸਤੇ ਇਹਦਾ ਜਿਹੜਾ ਬਹੁਤ ਹੀ ਜ਼ਬਰਦਸਤ ਕਿਸਮ ਦਾ ਫਾਰਮੂਲਾ ਵੀ ਦੇਖਿਆ ਵੀ ਗਿਆ ਔਰ ਇਸਤੇਮਾਲ 'ਚ ਵੀ ਆਇਆ ਕਿ ਬਰਾਦਾ ਇਹਦਾ ਲੈ ਲੈਣਾ 10 ਗ੍ਰਾਮ ਔਰ 100 ਗ੍ਰਾਮ ਪਾਣੀ ਦੇ ਵਿੱਚ ਨੂੰ ਰਾਤ ਨੂੰ ਪੇ ਦਿਓ 6 ਘੰਟੇ ਭਿੱਜਣ ਤੋਂ ਬਾਅਦ ਇਹਨੂੰ ਜੋਸ਼ ਦੇ ਕੇ ਉਸ ਤੋਂ ਬਾਅਦ ਜਨਾਬ ਇਹਦਾ ਸ਼ਰਬਤ ਬਣਾ ਲਓ 40 ਦਿਨ ਤੱਕ ਇਹਨੂੰ ਤੁਸੀਂ ਇਸਤੇਮਾਲ ਕਰਾਓ 10 ਗ੍ਰਾਮ ਤੋਂ ਲੈ ਕੇ 100 ਗ੍ਰਾਮ ਤੱਕ ਯਾਨੀ ਕਿ ਦਾ ਤੁਸੀਂ ਬਰਾਦਾ ਲੈ ਲਓ ਔਰ ਉਹਦਾ ਸ਼ਰਬਤ ਬਣਾ ਲਓ ਤੁਸੀਂ ਦੇਖਿਆ ਹੋਣਾ ਕਿ ਮਸ਼ਹੂਰ ਸ਼ਰਬਤ ਸ਼ੀਸ਼ਮ ਬਹੁਤ ਸਾਰੇ ਲੋਕ ਬਣਾਉਂਦੇ ਨੇ ਔਰ ਜਨਾਬੇ ਬਹੁਤ ਹੀ ਕਮਾਲ ਦਾ ਔਰ ਇਹਨੂੰ ਤੁਸੀਂ ਇਸਤੇਮਾਲ ਚ ਲਿਓ ਸ਼ਰਬਤ ਖਾਸ ਬੁਰਾਦਾ 100 ਗ੍ਰਾਮ ਔਰ 12 ਘੰਟੇ ਤੱਕ ਪਿੱਜਾ ਰਹਿਣ ਦੋ ਉਸ ਤੋਂ ਬਾਅਦ ਜਨਾਬ ਇਹਦਾ ਤੁਸੀਂ ਉਬਾਲ ਕੇ ਸ਼ਰਬਤ ਬਣਾ ਲਓ ਔਰ ਇਹਨੂੰ ਛਾਣ ਲਓ ਔਰ ਇਹਦੇ ਵਿੱਚ ਜਨਾਬ ਚੀਨੀ ਮਿਲਾਓ ਮਿਲਾ ਕੇ ਤੇ ਤੁਸੀਂ ਇਹਦਾ ਸ਼ਰਬਤ ਇਹ ਖੂਨ ਦੀ ਖਰਾਬੀਆਂ ਦੇ ਅਮਰਾਜ ਜਿਹੜੇ ਹੁੰਦੇ ਨੇ ਉਹਨਾਂ ਵਾਸਤੇ ਤੇ ਬਹੁਤ ਹੀ ਜ਼ਬਰਦਸਤ ਕਿਸਮ ਦੀ ਚੀਜ਼ ਉਹਨੂੰ ਬਹੁਤ ਜ਼ਿਆਦਾ ਫਾਇਦਾ ਕਰਦਾ ਇਸੇ ਤਰ੍ਹਾਂ ਅਗਰ ਦੇਖਿਆ ਜਾਏ ਪਿਸ਼ਾਬ ਦੀ ਨਾਲੀ ਦੇ ਅਮਰਾਜ ਜਿਹੜੇ ਨੇ ਪਿਸ਼ਾਬ ਦੀ ਨਾਲੀ ਦੇ ਅਮਰਾਜ ਵੀ ਇਹਦੇ ਨਾਲ ਬਿਲਕੁਲ ਦਰਸਤ ਹੋ ਜਾਂਦੇ ਨੇ ਪਿਸ਼ਾਬ ਦੀ ਨਾਲੀ ਜਿਹੜੀ ਉਹ ਸਖਤ ਦਰਦ ਹੁੰਦਾ ਉਹਦੇ ਵਿੱਚ ਔਰ ਚੀਸਾਂ ਵਜਦੀਆਂ ਨੇ ਸੋਲ ਪੈਦਾ ਹੋ ਜਾਂਦੀ ਔਰ ਇਸੇ ਤਰ੍ਹਾਂ ਉਹ ਜਿਹੜਾ ਮਾਮਲਾ ਹੁੰਦਾ ਕਿ ਜਿਹਦੇ ਵਿੱਚ ਕਿ ਤੁਸੀਂ ਦੇਖੋਗੇ ਕਿ ਅਕਸਰ ਪੀ ਪੈ ਜਾਂਦੀ ਔਰ ਜੋ ਸ਼ਾਂਦਾ ਜਿਹੜਾ ਇਹਦਾ ਇਸਤੇਮਾਲ ਕੀਤਾ ਜਾਂਦਾ ਇਹਦਾ ਸ਼ਰਬਤ ਵੀ ਇਸਤੇਮਾਲ ਕੀਤਾ ਜਾਂਦਾ ਆਮ ਰੁਟੀਨ ਚ ਦੁਰਾਦਾ ਇਹਦਾ ਲੈ ਲੈਣਾ ਤੇ ਸਿਸ਼ੇਮ ਦਾ 10 ਗ੍ਰਾਮ ਪਾਣੀ 100 ਗ੍ਰਾਮ ਇਹਦੇ ਵਿੱਚ ਇਹਨੂੰ ਤੁਸੀਂ ਜੁਸ਼ਾਂਦਾ ਬਣਾ ਲਓ ਬਣਾ ਕੇ ਤੇ ਇਹਦਾ ਇਸਤੇਮਾਲ ਕਰ ਸਕਦੇ ਜੇ ਸ਼ਰਬਤ ਅਨਾਬ ਦੇ ਨਾਲ ਇਸੇ ਤਰ੍ਹਾਂ ਖਾਰਿਜ ਜਿਹੜੀ ਉਹਨਾਂ ਤੱਦਰ ਹੋ ਜਾਂਦੀ ਚੰਬਲ ਹੋ ਜਾਂਦੀ ਜਿਹੜੀਆਂ ਤੁਸੀਂ ਦਵਾਈਆਂ ਨਾਲ ਦਿੰਦੇ ਜੀ ਉਹਦੇ ਨਾਲ ਤੁਸੀਂ ਇਹਦਾ ਵੀ ਦੇਣਾ ਚਾਹੀਦਾ ਹੈ ਸ਼ਰਬਤ ਔਰ ਜਨਾਬ ਅਕਸਰ ਤੁਸੀਂ ਦੇਖਿਆ ਨਾ ਕਿ ਜੁੱਤੀ ਵਗੈਰਾ ਪਾਣ ਦੇ ਨਾਲ ਅਕਸਰ ਜ਼ਖਮ ਹੋ ਜਾਂਦੇ ਨੇ ਔਰ ਬਹੁਤ ਜ਼ਿਆਦਾ ਜਲਦੀ ਜਿਹੜੇ ਉਹ ਖਰਾਬ ਹੋਣ ਲੱਗ ਪੈਂਦੇ ਇਸ ਵਾਸਤੇ ਵੀ ਉੱਥੇ ਤੁਸੀਂ ਇਹਨੂੰ ਇਸਤੇਮਾਲ ਕਰਾ ਸਕਦੇ ਜੇ ਜਿਸ ਤਰ੍ਹਾਂ ਕਿ ਇਹਨੂੰ ਲੈ ਕੇ ਇਹ ਦਾਤ ਸੀ ਪੇਸਟ ਬਣਾ ਲੈ ਪੇਸਟ ਬਣਾ ਕੇ ਉਸ ਜਗ੍ਹਾ ਦੇ ਉੱਪਰ ਲੇਪ ਕਰ ਦਿਓ ਔਰ ਅੱਲਾ ਦੇ ਹੁਕਮ ਨਾਲ ਇਨਸ਼ਾ ਅੱਲਾ ਤਾਲਾ ਬਿਹਤਰੀਨ ਕਿਸਮ ਦਾ ਉਹਨਾਂ ਨੂੰ ਆਫ ਫਾਇਦਾ ਹੋਏਗਾ ਔਰ ਜਲਦੀ ਤੋਂ ਜਲਦੀ ਤਕਰੀਬਨ 1 ਤੋਂ 2 ਦਿਨ ਬਾਅਦ ਆਰਾਮ ਆ ਜਾਏਗਾ ਅਰਕ ਮੁਸਫੀ ਇਹਦੇ ਵਾਸਤੇ ਬਹੁਤ ਹੀ ਜ਼ਬਰਦਸਤ ਕਿਸਮ ਦਾ ਹੀ ਅਰਕ ਬਣਦਾ ਅਰਕ ਮੁਸਫੀ ਬਹੁਤ ਲਾਜਵਾਬ ਹੈ ਔਰ ਜਿਹੜੇ ਲੋਗ ਬਹੁਤ ਸਾਰੀਆਂ ਦਵਾਈਆਂ ਇਸਤੇਮਾਲ ਕਰ ਕਰ ਕੇ ਬਹਿ ਗਏ ਨੇ ਕਿ ਜੀ ਮੁਸਫਾ ਖੂਨ ਨੇ ਸਾਨੂੰ ਕੁਛ ਅਜਦਾ ਮਿਲਿਆ ਤੇ ਫਿਰ ਉਹ ਐ ਲਾਜ਼ਮਨ ਬਣਾ ਲੈਣ ਅਰਕ ਮੁਸਫੀ ਖੂਨ ਇਹਦੇ ਨਾਮ ਤੋਂ ਮਸ਼ਹੂਰ ਹੈ ਔਰ ਇਸੇ ਤਰ੍ਹਾਂ ਬੁਰਾਦਾ ਲੱਕੜੀ ਇਹਦੀ ਲੈਣੀ ਹੈ 20 ਗ੍ਰਾਮ ਅਨਾਬ ਲੈਣੇ ਨੇ ਜਨਾਬ ਤੁਸੀਂ 5 ਗ੍ਰਾਮ ਔਰ ਇਹਦੇ ਵਿੱਚ ਤੁਸੀਂ ਜਨਾਬ ਇਹਲਾ 76 ਜਿਹੜਾ 20 ਗ੍ਰਾਮ ਚੁਰਾਇਤਾ 24 ਗ੍ਰਾਮ ਸਰਫੂਕਾ ਇਹਦੇ ਵਿੱਚ ਲੈਣਾ ਤੁਸੀਂ 20 ਗ੍ਰਾਮ ਔਰ ਮੁੰਡੀ ਬੂਟੀ 20 ਗ੍ਰਾਮ ਔਰ ਇਸੇ ਤਰ੍ਹਾਂ ਤੁਸੀਂ ਮਹਿੰਦੀ ਦੇ ਪੱਤੇ ਜਿਹੜੇ ਨੇ 20 ਗ੍ਰਾਮ ਔਰ ਇਸੇ ਤਰ੍ਹਾਂ ਤੁਸੀਂ ਇਹਦੇ ਵਿੱਚ ਹਰੜ ਜਿਹੜੀ ਹੈ ਹਰੀੜ ਕਾਲੀ ਜਿਹੜੀ ਉਹ ਤੁਸੀਂ ਲੈਣੀ ਹੈ 20 ਗ੍ਰਾਮ ਗੌਸਬਨ 20 ਗ੍ਰਾਮ 우ਸ਼ਵਾ ਖਾਸ ਹੋਣਾ ਚਾਹੀਦਾ ਬਿਹਤਰੀਨ ਹੋਣਾ ਚਾਹੀਦਾ 100 20 ਗ੍ਰਾਮ اور ਪਰਸ਼ੋਸ਼ਾ ਇਹਦੇ ਵਿੱਚ ਤੁਸੀਂ ਪਾਣੀਆਂ ਨੇ 20 ਗ੍ਰਾਮ ਇਸੇ ਤਰ੍ਹਾਂ ਅੱਗੇ ਤੁਸੀਂ ਦੇਖ ਲਓ ਕਿ ਇਹਦੇ ਵਿੱਚ ਜਨਾਬ ਆਏਗਾ ਕਾਸ਼ ਨਹੀਂ 20 ਗ੍ਰਾਮ ਮਕੋ ਖਾਸ 120 ਗ੍ਰਾਮ ਸਾਰੀਆਂ ਚੀਜ਼ਾਂ ਨੂੰ ਕੁੱਟ ਛਾਨ ਲਵੋ ਜਨਾਬ ਇਹਨਾਂ ਨੂੰ ਕੁੱਟ ਕੇ ਤੇ ਜਨਾਬ 8 ਕਿਲੋ ਪਾਣੀ ਦੇ ਵਿੱਚ ਤੁਸੀਂ ਇਹ ਪਾ ਕੇ اور ਜਨਾਬ ਇਹ ਤੁਸੀਂ ਅਰਕ ਜਿਹੜੀਆਂ ਨੇ ਚਾਰ ਬੋਤਲਾਂ ਕੱਢੋ ਕੱਢਣ ਤੋਂ ਬਾਅਦ ਜਨਾਬ ਤੁਸੀਂ ਅਰਕ ਇਹਦੇ ਜਿਹੜਾ ਤੁਸੀਂ ਅਰਕ ਕੱਢ ਲੈਣਾ ਇਦੇ ਨਾਲ ਹੀ ਤੁਸੀਂ ਅਰਕ ਅਨਾਬ ਜਾਂ ਅਰਕ ਅਨਾਬ ਦੇ ਨਾਲ ਜਾਂ ਸ਼ਰਬਤ ਅਨਾਬ ਦੇ ਨਾਲ ਇਸਤੇਮਾਲ ਕਰੋ ਜ਼ਬਰਦਸਤ ਮੁਸਫਾ ਕੋ ਨੂੰ तमाम ਜਲਦੀ امراض واسطے فائدہ مند ثابت ਹੁੰਦਾ اور اسی طرح ਤੁਸੀਂ ਦੇਖਿਆ ਉਹਨਾਂ ਕੇ ਬਾਜ਼ਕਾਤ اور چار چیزوں ਦਾ ਹੀ مرکب ਬਣਦਾ ਜਿਸ ਤਰ੍ਹਾਂ ਕਿ ਸ਼ਿਸ਼ਮ ਬੁਰਾਦਾ ਲੈ ਲੈਣੀ ਹੋਰ ਸੰਦਲ ਜੜੀ ਉਹ ਲੈ ਲੈਣੀ ਤੁਸੀਂ ਸੁਰਖੜ ਔਰ ਕਾਲੀ ਹਰੀੜ ਮੁੰਡੀ ਬਿਊਟੀ ਚਰਾਇਤਾ ਔਰ ਸ਼ਾਤਰਾਂ ਔਰ ਬਰਹਮੀ ਡੰਡੀ ਉਸ਼ਬਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਹਦੇ ਵਿੱਚ ਜਨਾਬ 40 ਅਦਦ ਤੁਸੀਂ ਪਾਣੇ ਨੇ ਅਨਾਬ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੁੱਟ ਕੇ ਫਿਰ ਪਾਣੀ ਚ ਪਾ ਕੇ ਤੇ ਇਹਦਾ ਜੁਸ਼ਾਂ ਦਾ ਬਣਾ ਕੇ ਵੀ ਸਵੇਰ ਸ਼ਾਮ ਪੀਤਾ ਜਾ ਸਕਦਾ ਇਸੇ ਤਰ੍ਹਾਂ ਅਗਰ ਦੇਖਿਆ ਜਾਵੇ ਤੇ ਦੀ ਅਰਖ ਜਾਂ ਦਾ ਸ਼ਰਬਤ ਜਿਹੜਾ ਉਹ ਅਰਖ ਉਸ਼ਬਾ ਦੇ ਅੰਦਰ ਵੀ ਮਿਲਾ ਕੇ ਪੀਤਾ ਜਾ ਸਕਦਾ ਫੋੜੇ ਫਿੰਸੀਆਂ ਤਦਰ ਵਾਸਤੇ ਤੇ ਬਹੁਤ ਹੀ ਲਾਜਵਾਬ ਹੈ ਔਰ ਕਮਾਲ ਦੀ ਚੀਜ਼ ਹੈ ਤਜਰਬੇ ਚਾਹੀਏ ਚੀਜ਼ ਇਹਦੇ ਤੇ ਲਾਜ਼ਮਨ ਅਮਲ ਕਰਨਾ ਚਾਹੀਦਾ ਜਨਾਮ ਕਰਨਾ ਕੁਝ ਇਸ ਤਰ੍ਹਾਂ ਕਿ ਲੱਕੜੀ ਸ਼ੀਸ਼ਮ ਲੈ ਲੈਣੀ ਬਰੰਕ ਕਾਲੇ ਰੰਗ ਦੀ ਹੋਣੀ ਚਾਹੀਦੀ ਔਰ ਜਨਾਮ ਨਾਰੀਅਲ ਦਾ ਛਿਲਕਾ ਲੈ ਲੈਣਾ ਔਰ ਇਹ ਅੱਧਾ ਅੱਧਾ ਕਿਲੋ ਲੈ ਕੇ ਗੰਦਮ ਸਾਫ ਕੀਤੀ ਉਹਦੇ ਚ ਇਹਨੂੰ ਲੱਕੜੀ ਨੂੰ ਕੁੱਟ ਲੈਣਾ ਕੁੱਟ ਕੇ ਤੇ ਜਨਾਬੇ ਦਾ ਸ੍ਰੀ ਅਪਤਾਲ ਜੰਤਰ ਤੁਸੀਂ ਤੇਲ ਕੱਢ ਲਓ ਤੱਦਰ ਦੇ ਉੱਪਰ ਲਗਾਓ ਚੰਮਲ ਦੇ ਉੱਪਰ ਲਗਾਓ ਇਨਸ਼ਾ ਅੱਲਾਹ ਪਹਿਲੀ ਦਫਾ ਹੀ ਆਰਾਮ ਆ ਜਾਏਗਾ ਪਤਾਲ ਜੰਤਰ ਦਾ ਤੇ ਸਭੀ ਲੋਗਾਂ ਨੂੰ ਦੋਸਤਾਂ ਨੂੰ ਪਤਾ ਉਸ ਹਿਸਾਬ ਨਾਲ ਤੁਸੀਂ ਇਹਦਾ ਪਤਾਲ ਜੰਤਰ ਕਰ ਲਓ ਔਰ ਜੀ ਇਹਦੇ ਵਾਰਲੇ ਨਾਲ ਤੇ ਬਰੇ ਸਾਗੀਰ ਦੇ ਵੀ ਬਹੁਤ ਸਾਰੇ ਲੋਕ ਜਾਣਦੇ ਵੀ ਨੇ ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਲੋਕ ਪਹਿਚਾਨਦੇ ਵੀ ਨੇ ਬਾਕੀ ਇਨਸ਼ਾਅੱਲਾ ਤਾਲਾ ਜੀ ਕੱਲ ਤੂੰ ਇਨਸ਼ਾਅੱਲਾ ਜਿਸ ਤਰ੍ਹਾਂ ਕਿ ਬਹੁਤ ਸਾਰੇ ਦੋਸਤਾਂ ਨੇ ਪਰਸਨਲ ਤੇ ਵਿੱਚ ਸਵਾਲੋ ਜਵਾਬ ਕੀਤੇ ਨੇ ਕਿ ਜੀ ਨਬਜ਼ ਦੇ ਉੱਪਰ ਕਿਉਂ ਗੱਲ ਹੋ ਰਹੀ ਇਨਸ਼ਾਅੱਲਾ ਤਾਲਾ ਜੀ ਕੱਲ ਤੂੰ ਵੀਡੀਓ ਨਬਜ਼ਦੂ ਪਰ ਵੀ ਪਾਵਾਂਗੇ ਔਰ ਇਨਸ਼ਾਅੱਲਾ ਤਾਲਾ ਤੁਹਾਡੀ ਅੱਜ ਦੀ ਕਾਵਸ਼ ਕਿਸੀ ਲਗੀ ਔਰ ਇਹਦੇ ਵਾਲੇ ਨਾਲ ਤੁਸੀਂ ਕਾਮ ਦੀ ਚੀਜ਼ ਤੋਂ ਕਿਤਨਾ ਬੜਾ ਫਾਇਦਾ ਲੈ ਸਕਦੇ ਜੀ ਔਰ ਇਹਦੇ ਅੰਦਰ ਕੀ ਕੁਦਰਤ ਨੇ ਚੀਜ਼ਾਂ ਰੱਖੀਆਂ ਨੇ ਸਾਨੂੰ ਸਭੀ ਨੂੰ ਇਹਦੀ ਮਜ਼ੀਦ ਖੋਜ ਕਰਨੀ ਚਾਹੀਦੀ ਮਜ਼ੀਦ ਰਿਸਰਚ ਕਰਨੀ ਚਾਹੀਦੀ ਔਰ ਜਿਹੜੀਆਂ ਚੀਜ਼ਾਂ ਤਜਰਬੇ ਚਾਣ ਉਹਨਾਂ ਨੂੰ ਵੀ ਤੁਸੀਂ ਵਾਇਸ ਕਰਕੇ ਉਸ ਤੋਂ ਬਾਅਦ ਕਮੈਂਟਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਦੱਸ ਸਕਦੇ ਜੀ ਔਰ ਆਪਣੇ ਆਪਣੇ ਇਲਾਕੇ ਦੇ ਵਿੱਚ ਇਹਨੂੰ ਕਿਸ-ਕਿਸ ਤਰ੍ਹਾਂ ਦੇ ਨਾਂ ਤੋਂ ਲੋਕ ਜਾਣਦੇ ਨੇ ਇਸ ਹਵਾਲੇ ਨਾਲ ਵੀ ਔਰ ਪੁਰਾਣੇ ਜਿਹੜੇ ਲੋਕ ਸਨ ਟਾਲੀਆਂ ਦੇ ਥੱਲੇ ਬੈ ਕੇ ਮਿੱਠੀਆਂ-ਮਿੱਠੀਆਂ ਗੱਲਾਂ ਕਰਦੇ ਸਨ ਲੇਕਿਨ ਅੱਜ ਦੇ ਦੌਰ ਚ ਨਾ ਟਾਲੀਆਂ ਰਹੀਆਂ ਨਾ ਬੰਦੇ ਰ ਬਾਕੀ ਬਹੁਤ ਸ਼ੁਕਰੀਆ ਜੀ ਚੈਨਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਔਰ ਜਨਾਬ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਇਹ ਦੇ ਵਿੱਚ ਇਹ ਗੱਲ ਕਿ ਸਭੀ ਦੋਸਤਾਂ ਦਾ ਪਲਾਉ ਜਾਂਦਾ ਬਹੁਤ ਸ਼ੁਕਰੀਆ ਜੀ ਅਸਲਾਮੁਅਲੈਕ